ਨਛ ਕੋਰੇ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ ਸੋ ਵੀਵਰਸ ਗੱਲਬਾਤ ਕਰਨ ਜਾ ਰਹੇ ਹੈ ਕਿ ਗੁਰਨਾਨ ਸਿੰਘ ਜੀ ਦੇ 594 ਪ੍ਰਕਾਸ਼ ਪੁਰਬ ਦੇ ਮੌਕੇ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸਨਕਲਸੇ ਕੋਮ ਦੇ ਨਾਮ ਵਧਾਈ ਸੁਨੇ ਦਿੱਤੇ ਗਏ ਨੇ ਸੋ ਇੱਕ ਪਾਸੇ ਇਹ ਦੋਵੇਂ ਹਿੰਦੂਤਵੀ ਸਿੱਖਾਂ ਅਤੇ ਸਿੱਖੀ ਦਾ ਖੁਰਾਕ ਕੋ ਜੜਾ ਮਟਾਉਣ ਤੇ ਲੱਗੇ ਹੋਏ ਨੇ ਔਰ ਦੂਸਰੇ ਪਾਸੇ ਜਿਹੜੇ ਵਧਾਈ ਦੀ ਨਟੰਕੀ ਕਰ ਰਹੇ ਨੇ ਸੋ ਇਸ ਬਾਰੇ ਆਪਾਂ ਗੱਲਬਾਤ ਕਰਨੇ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਅਜਿਹਾ ਤਰ੍ਹਾਂ ਬਣੇ ਰਹਿਣਾ ਦੇਖਣ ਚਾਣ ਲਈ ਐਂ ਲਿਖਣ ਲਈ ਤੁਹਾਡਾ ਸਭ ਤੋਂ ਆਪੋ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਬੀਤੇ ਕੱਲ ਸੀ ਔਰ ਬੀਤੇ ਆਲਮੋਸਟ ਸਾਰਾ ਹੀ ਹਫਤਾ ਐਤਵਾਰ ਤੋਂ ਹੀ ਅਸੀਂ ਦੇਖਦੇ ਹਾਂ ਦੁਨੀਆ ਪਰਚ ਸਿੱਖ ਸੰਗਤਾਂ ਨੇ ਬੜੇ ਪਿਆਰ ਸ਼ਰਧਾ ਨਾਲ ਨਨਕਾਣਾ ਸਾਹਿਬ ਦੇ ਮਕਾਮ ਤੇ ਜੀ 30000 ਤੋਂ ਜ਼ਿਆਦਾ ਸਿਕ ਸੰਕਾ ਦਾ ਇਕੱਠ ਸੀ ਹਾਲਾਂ ਉਹ ਸਿਕੱਠ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਦਮਦਮਾ ਸਾਹਿਬ ਦੇ ਜਸਤਿਹਾਰ ਨੇ ਉਹਨਾਂ ਨੇ ਸ਼ਿਕਾਇਤ ਵੀ ਕੀਤੀ ਕਿ ਇਸ ਵਾਰ ਬਹੁਤ ਸਾਰਿਆਂ ਦਾ ਜਿਹੜਾ ਵੀਜ਼ਾ ਉਹਨਾਂ ਨੂੰ ਵੀਜ਼ਾ ਨਹੀਂ ਦਿੱਤਾ ਗਿਆ 800 ਦੇ ਕਰੀਬ ਪਾਸਪੋਰਟ ਜਿਹੜੇ ਸ਼੍ਰੋਮਣੀ ਕਮੇਟੀ ਨੇ ਸਬਮਿਟ ਕੀਤੇ ਸੀ ਉਹਨਾਂ ਨੂੰ ਵੀਜ਼ਾ ਨਹੀਂ ਦਿੱਤਾ ਗਿਆ ਸ਼ਾਇਦ 1400 ਜਾਂ 1500 ਨੂੰ ਹੀ ਵੀਜ਼ਾ ਦਿੱਤਾ ਗਿਆ ਔਰ ਉਹਨੇ ਕਿਹਾ ਸੀ ਕਿ ਭਾਈ ਇਹ ਸਾਡੇ ਲਈ ਇੱਕ ਪੀੜ ਹੁੰਦੀ ਹੈ ਜਦੋਂ ਅਸੀਂ ਗੁਰੂ ਦੇ ਚਰਨਾਂ ਤੇ ਜਿਹੜੇ ਸਿਰ ਨਵਾਉਣ ਦੇ ਲਈ ਆਉਣਾ ਚਾਹੁੰਦੇ ਨੇ ਔਰ ਤਿਆਰ ਹੋ ਕੇ ਬੈਠੇ ਹੁੰਦੇ ਨੇ ਉਹਨਾਂ ਨੂੰ ਵੀਜ਼ਾ ਡਿਨਾਈ ਕੀਤਾ ਜਾਂਦਾ ਹੈ ਅ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਵੀ ਇਸ ਵੀ ਕੋਈ ਸ਼ੱਕ ਨਹੀਂ ਹੈ ਕਿ ਦੁਨੀਆ 'ਚ ਜਿੱਥੇ-ਜਿੱਥੇ ਵੀ ਸਿੱਖ ਵਸਦੇ ਨੇ ਉਹਨਾਂ ਮੁਲਕਾਂ ਦੀ ਸਰਕਾਰਾਂ ਨੇ ਈਵਨ ਆਸਟ੍ਰੇਲੀਅਨ ਪਾਰਲੀਮੈਂਟ 'ਚ ਅਸੀਂ ਪਿਛਲੇ ਅੰਨ ਦਰਜ ਦੇਖਿਆ ਸੀ ਕਿ ਵੀ ਉਹਨਾਂ ਦੇ ਮੈਂਬਰ ਪਾਰਲੀਮੈਂਟ ਖਰੋਕ ਹੈ ਉਹਨਾਂ ਨੇ ਜਿਹੜਾ ਸਿੱਖਾਂ ਨੂੰ ਰੈਕਗਨਾਈਜ਼ ਕੀਤਾ ਅਮਰੀਕਾ 'ਚ ਵੀ ਯੂਐਸ ਕਾਂਗਰਸਮੈਨਾਂ ਵੱਲੋਂ ਔਰ ਦੂਸਰਾ ਲੇਕਿਨ ਜਿਹੜਾ ਪਖੰਡ ਦਾ ਰੂਪ ਹੈ ਮੋਦੀ ਔਰ ਇੱਕ ਨਵਾਂ ਹਿੰਦੂਤਵੀ ਜਿਹੜਾ ਮੌਲੀ ਦਾ ਲਾਲ ਧਾਗਾ ਔਰ ਗਾਂ ਮਾਤਾ ਦਾ ਪੁਜਾਰੀ ਔਰ ਜਨੇ ਸਿੱਖਾਂ ਦਾ ਨਕਚਦਮ ਕੀਤਾ ਯੂਕੇ 'ਚ ਇਕੱਲਾ ਹੀ ਨਹੀਂ ਕਿ ਜੱਗੀ ਜੋਲ ਦੇ ਮੁੱਦੇ ਦੇ ਉੱਤੇ ਇਹਦੇ باوجود ਕਈ ਵਾਰ ਉਹਨਾਂ ਦੇ ਗਲਾਸਗੋ ਦੇ ਐਮਪੀ ਨੇ ਕਿੰਨੀ ਵਾਰ ਕਿਹਾ 140 ਦੇ ਕਰੀਬ ਐਮਪੀਜ਼ ਨੇ ਪਹਿਲਾਂ ਬਾਰਿਸ ਜான்ਸਨ ਦੇ ਵੇਲੇ ਸਵਾਲ ਚੁੱਕਿਆ ਸੀ ਲੇਕਿਨ ਉਸ ਮੁੱਦੇ ਤੇ ਤਾਂ ਕੀ ਕਰਨਾ ਸੀ ਬਟ ਐਕਸਟਰਾ ਮਾਈਲ ਜਾ ਕੇ ਇਹਦੇ باوجود 5 ਆਈਜ਼ ਕੰਟਰੀਜ਼ ਦਾ ਕੰਟਰੀਜ਼ ਦਾ ਮੈਂਬਰ ਹੋਣ ਦੇ ਨਾਤੇ ਵੀ ਜੋ ਭਾਰਤ ਦੀ ਲਾਈਨ ਕੈਨੇਡਾ ਜਾਂ ਅਮਰੀਕਾਲ ਚ ਵੀ ਜੋ ਉਹਨਾਂ ਨੇ ਟ੍ਰਾਂਸਨੈਸ਼ਨਲ ਜਿਹੜੀ ਹੈ ਉਹ ਟੈਰਰਿਜ਼ਮ ਕੀਤੀ ਹੈ ਉਸ ਦੇ ਉੱਤੇ ਕੋਈ ਖੁੱਲ ਕੇ ਜ਼ੁਬਾਨ ਨਹੀਂ ਖੋਲੀ ਹੈ ਔਰ ਇਸ ਦੇ ਉਲਟ ਆਦਰੂਨਾ ਦਾ ਵਜ਼ੀਰ ਦਿੱਲੀ ਸ ਜਾ ਕੇ ਕਹਿ ਰਿਹਾ ਜੀ ਅਸੀਂ 95000 ਪਾਉਂਡ ਰਿਜ਼ਰਵ ਰੱਖ ਦਿੱਤਾ ਹੈ ਜਿਹਦੇ ਥੱਲੇ ਜਿਹੜੇ ਖਾਲਿਸਤਾਨੀ ਐਕਸਟ੍ਰੀਮਿਸਟ ਨੇ ਉਹਨਾਂ ਦੀ ਪਛਾਣ ਕੀਤੀ ਜਾਏਗੀ ਸੋ ਜਦੋਂ ਤੁਹਾਡੀਆਂ ਨੀਤੀਆਂ ਇਸ ਪੱਧਰ ਤੇ ਨਹੀਂ ਔਰ ਮੋਦੀ ਦਾ ਵਰਤਾਰਾ ਹਿੰਦੂਤਵੀਆਂ ਦਾ ਕਿਸ ਲੈਵਲ ਦਾ ਹੈ ਉਹ ਦੱਸਣ ਦੀ ਲੋੜ ਨਹੀਂ ਅਸੀਂ ਰੋਜ਼ ਹੀ ਡਿਸਕਸ ਕਰਦੇ ਹਾਂ ਤਾਂ ਫਿਰ ਤੁਸੀਂ ਇਹ ਹੀਜ ਦਿਖਾਓ ਜਦੋਂ ਅਸੀਂ ਕਹਿ ਬੀ ਇਹ ਫੇਕ ਨੇ ਮੈਸੇਜ ਆ ਹਾਲੋ ਨੇ ਇਸ ਲਈ ਵੀ ਤੁਸੀਂ ਤਾਂ ਜੇ ਕਹਿਣਾ ਹੋਵੇ ਵੀ ਇਸ ਵੇਲੇ ਯੂਕੇ ਔਰ ਭਾਰਤ ਦੋਨੋਂ ਹੀ ਹਿੰਦੂਤਵੀ ਜਿਹੜੇ ਰਾਸ਼ਟਰ ਬਣਾ ਦਿੱਤੇ ਹੋਏ ਨੇ ਇਹਨਾਂ ਨੇ ਉਹ ਹੋਂਦਾ ਸੇਮ ਪੇਜ ਨੇ ਜਿਵੇਂ ਤੁਸੀਂ ਲਫ਼ਜ਼ ਕਿਹਾ ਸਿੱਖੀ ਔਰ ਸਿੱਖਾਂ ਦਾ ਖੁਰਾਕੋਜ ਮਟਾਉਣ ਲਈ ਖੁਰਾਕੋਜ ਮਟਾਣਾ ਲਫ਼ਜ਼ ਇਟ ਟੋਟਲ ਵਾਰ ਜਦੋਂ ਅਜੇ ਅੰਗਰੇਜ਼ੀ ਦੁਨੀਆ ਦੀ ਇਸ ਲੈਵਲ ਦੀ ਲੈਂਗੁਏਜ ਨਹੀਂ ਸੀ ਬਣੀ ਤੇ ਉਹ ਇੱਕ ਪਾਸੇ ਜਿਹੜੇ ਫਿਜ਼ੀਕਲੀ ਮਾਰ ਕੇ ਕਿਸੇ ਦਾ ਅੰਤ ਕਰਨਾ ਹੈ ਉਹਨੂੰ ਬੀਜ ਨਾਸ ਕਰਨਾ ਕਹਿੰਦੇ ਸੀ ਕਿ ਭਾਈ ਤੁਸੀਂ ਜਿਹੜਾ ਬੀਜ ਨਾਸ ਕਰਦੇ ਹੋ ਫਿਰ ਸਰਬਨਾਸ਼ ਲਫ਼ਜ਼ ਵੀ ਉਹ ਦੂਸਰਾ ਕਿ ਭਈ ਲੇਕਨ ਇਹ ਹੈ ਕਿ ਬਈ ਨਿਸਤੋ ਨਾਬੂਦ ਲਫ਼ਜ਼ ਵੀ ਇਹਨਾਂ ਨੇ ਇਸਤੇਮਾਲ ਹੁੰਦਾ ਸੀ ਕਿ ਨਿਸਤੋ ਨਾ ਕੁਛ ਨਾ ਰਹਿਣ ਦਿਓ ਉਹਨਾਂ ਦੀ ਕੋਈ ਪਲੇਸਸ ਆਫ ਵਰਸ਼ਿਪ ਨਾ ਰਹਿਣ ਦਿਓ ਉਹਨਾਂ ਦਾ ਕੋਈ ਹੋਂਦ ਨਾ ਰਹਿਣ ਦਿਓ ਉਹਨਾਂ ਦੀ ਔਰਤਾਂ ਨੂੰ ਜਿਹੜਾ ਤੁਸੀਂ ਇੱਕ ਮਾਲੇ ਗਨੀਮਤ ਸਮਝ ਕੇ ਲੁੱਟੋ ਔਰ ਬੰਦੇ ਜਿਹੜੇ ਨੇ ਮੇਲ ਮੈਂਬਰ ਸਾਰੇ ਮਾਰ ਦਿਓ ਔਰ ਇਹ ਜਿਹੜਾ ਟੋਟਲ ਵਾਰ ਜਿਹੜੀ ਹੈ ਉਹਨਾਂ ਨੇ ਔਰ ਇਹਦੇ ਚ ਦੋਨੋਂ ਸਹਿਯੋਗੀ ਨੇ ਔਰ ਅਸੀਂ ਦੇਖ ਰਹੇ ਹਾਂ ਕਿ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਵੀ ਦੋਨੋਂ ਸਹਿਯੋਗੀ ਨੇ ਮੁਲਕ ਔਰ ਇਹਨਾਂ ਦੇ ਚੱਲਦੇ ਆ ਉਹ ਗੁਰੂ ਨਾਨਕ ਜਿਹੜੇ ਸੱਚ ਹਕ ਇਨਸਾਫ ਦੇ ਪਹਿਰੇਦਾਰ ਬਣ ਕੇ ਉਸ ਧਰਤੀ ਦੇ ਖਿੱਤੇ ਦੇ ਉੱਤੇ ਹੀ ਨਹੀਂ ਕੁੱਲ ਇਨਸਾਨੀਅਤ ਦੇ ਲਈ ਖਲੋ ਜਾਂਦੇ ਨੇ ਔਰੇ ਗੱਲ ਇਨਸਾਨੀਅਤ ਲਈ ਖਲੋਣ ਦੀ ਕੋਈ ਅਸੀਂ ਸਾਢੇ 5 ਸਦੀਆਂ ਆਵਾਜ਼ ਨਹੀਂ ਕਰ ਰਹੇ ਇਹ ਪਾਈ ਗੁਰਦਾਸ ਜੀ ਜਿਹੜੇ ਗੁਰੂ ਅਰਜਨ ਸਾਹਿਬ ਦੇ ਦੀ ਸੁਪਰਵੀਜ਼ਨ ਥੱਲੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਆਦ ਬੀੜ ਲਿਖੀ 1604 ਦੇ ਵਿੱਚ ਪ੍ਰਕਾਸ਼ਮਾਨ ਹੋਏ ਹਰਮੰਦਰ ਸਾਹਿਬ ਜਦੋਂ ਉਹ ਫਰਮਾਉਂਦੇ ਨੇ ਕਿ ਜ਼ਾਹਰ ਪੀਰ ਜਗਤ ਗੁਰ ਬਾਬਾ ਜਗਤ ਗੁਰ ਹਮ ਪ੍ਰੋਫਿਟ ਆਫ ਦਾ ਹਿਊਮਨ ਕਾਈਂਡ ਹਮ ਗੁਰੂ ਨਾਨਕ ਸਾਹਿਬ ਅਸੀਂ ਠੀਕ ਐ ਸਹੂਲਤ ਲਈ ਸਿੱਖਾਂ ਦੇ ਗੁਰੂ ਦੂਸਰੇ ਵੀ ਕਹਿ ਦਿੰਦੇ ਨੇ ਜੀ ਫਾਊਂਡੇਡ ਸਿੱਖਸ ਪਰ ਗੁਰੂ ਨਾਨਕ ਜਗਤ ਗੁਰੂ ਨੇ ਜ਼ਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਦਾ ਮੈਸੇਜ ਵੀ ਚੜਿਆ ਸੋਧਣ ਧਰਤ ਲੁਕਾਈ ਕੁੱਲ ਧਰਤੀ ਲਈ ਕੁੱਲ ਲੁਕਾਈ ਲਈ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਲਈ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਜਦੋਂ ਇੱਕੋ ਹੈ ਤੇ ਫਿਰ ਉਹਨਾਂ ਦੇ ਸਾਹਮਣੇ ਸਭਨਾ ਜੀਆਂ ਦਾ ਇੱਕ ਦਾਤਾ ਸੋਮੈ ਸੋ ਉਹਨਾਂ ਦੇ ਲਈ ਜੀ ਜੰਤ ਸਭ ਸ਼ਰਨ ਤੋਂ ਆਰੀ ਸਰਬ ਚਿੰਤ ਤੋਂ ਦਪਾਸ ਇਹ ਹੈ ਮੈਸੇਜ ਲੇਕਿਨ ਹੁਣ ਇਹ ਜਿਹੜੇ ਪਖੰਡੀ ਹਿੰਦੂਤਵੀ ਜਿਹੜੇ ਧੋਖੇ ਦੇ ਨਾਲ ਫਰੇਬ ਦੇ ਨਾਲ ਜਿਨ੍ਹਾਂ ਬਾਰੇ ਫੋਕ ਲੋਰ ਦੇ ਵਿੱਚ ਟਰਮ ਕਿ ਮੂੰਹ ਮੇਂ ਰਾਮ ਰਾਮ ਬਗਲ ਮੇਂ ਛੁਰੀ ਹੁਣ ਮੋਦੀ ਦਾ ਫੇਕ ਮੈਸੇਜ ਉਹ ਇਹ ਦੇ ਰਿਹਾ ਪਹਿਲੀ ਗੱਲ ਤਾਂ ਇਹ ਜਿਹੜਾ ਜਿਵੇਂ ਇਹਨਾਂ ਨੇ ਸਾਡੇ ਸਾਬਜ਼ਾਦਿਆਂ ਨੂੰ ਆਪਣੇ ਖਾਤੇ 'ਚ ਪਾ ਕੇ ਵੀਰ ਬਾਲ ਦਿਵਸ ਬਣਾ ਦਿੱਤਾ ਸਾਬਜ਼ਾਦਿਆਂ ਦੀ ਸ਼ਹਾਦਤ ਨੂੰ ਜਦੋਂ ਸਿੱਖ ਕੌਮ ਲਫ਼ਜ਼ ਪ੍ਰਕਾਸ਼ ਦਿਵਸ ਇਸਤੇਮਾਲ ਕਰਦੀ ਹੈ ਤੁਸੀਂ ਇਹਨਾਂ ਸਾਰਿਆਂ ਦੇ ਹਿੰਦੂ ਤਵੀ ਲਿਟਰੇਚਰ ਇਹਨਾਂ ਦੇ ਓਵਰਾਲ ਕੈਲੰਡਰ ਦੇਖੋ ਇਹ ਗੁਰੂ ਨਾਨਕ ਜਨਮਤੀ ਇਹ ਪਤਾ ਨਹੀਂ ਕਿੱਥੋਂ ਜਨਮਤੀ ਲਫ਼ਜ਼ ਕੱਢ ਲਿਆ ਇਹਨਾਂ ਨੇ ਇਹਦਾ ਕੋਈ ਜਨਮਤੀ ਨਾਲ ਕੋਈ ਸਾਡੇ ਸਿੱਖਾਂ ਦਾ ਬੁੱਧ ਜਨਤੀ ਉਹ ਸਾਰੇ ਕਿਉਂਕਿ ਉਹ ਹਿੰਦੂ ਦੇ ਵੱਡੇ ਆਪਣੇ ਖਾਤੇ 'ਚ ਆਪਣੀ ਉਹਨਾਂ ਦੀ ਉਹਨੂੰ ਉਹ ਸ਼ਿਵ ਰਾਤਰੀ ਕਹਿ ਦਿੰਦੇ ਤੇ ਫਲਾਣਾ ਕੋ ਹੋਰ ਉਹਨਾਂ ਉਹਨਾਂ ਦੇ ਨੇ ਪਰ ਇੱਥੇ ਅਸੀਂ ਜਦੋਂ ਗੁਰੂ ਨਾਨਕ ਸਾਹਿਬ ਪ੍ਰਕਾਸ਼ ਪੁਰਬ ਵੀ ਕਹਿ ਦਿੰਨੇ ਅੱਛਾ ਗੁਰਪੁਰਬ ਵੈਸੇ ਦਾ ਗੁਰੂ ਦਾ ਪੁਰਬ ਹੈ ਪੁਰਬ ਸੈਲੀਬ੍ਰੇਸ਼ਨ ਹੈ ਪਰਬ ਤੋਂ ਆਇਆ ਸੰਸਕ੍ਰਿਤ ਦਾ ਫਜ਼ੀਆ ਬੇਸ਼ੱਕ ਗੁਰਪੁਰਬ ਤੇ ਹੁਣ ਜਦੋਂ ਇਹ ਜਿਹੜਾ ਅਸੀਂ ਪ੍ਰਕਾਸ਼ ਦਿਵਸ ਕਹਿੰਦੇ ਆ ਕਿਉਂਕਿ ਗੁਰੂ ਜਿਹੜੇ ਨੇ ਉਹ ਇੱਕ ਜੋਤ ਹੈ ਉਹ ਰੌਸ਼ਨੀ ਹੈ ਨੂਰ ਹੈ ਲਾਈਟ ਹੈ ਜੀ ਔਰ ਉਹ ਲਾਈਟ ਗਈ ਨਹੀਂ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਦਮਾਨ ਹੈ ਇਸ ਲਈ ਅਸੀਂ ਗੁਰੂ ਸਾਹਿਬਾਨ ਦੇ ਜਿਹੜਾ ਉਹਦੇ ਲਈ ਅਸੀਂ ਲਫ਼ਜ਼ ਜਨਮ ਦਿਨ ਜਾਂ ਬਰਥਡੇ ਜਾਂ ਜਨਮਤੀ ਜਾਂ ਇਹ ਲਫ਼ਜ਼ ਨਹੀਂ ਪਸੰਦ ਕਰਦੇ ਅਸੀਂ ਪ੍ਰਕਾਸ਼ ਪੁਰਬ ਕਹਿੰਦੇ ਹੁਣ ਪਹਿਲਾਂ ਤਾਂ ਉਹ ਗੁਰੂ ਨਾਨਕ ਦੇਵ ਜਿਹੜਾ ਉਹਨਾਂ ਨੂੰ ਜਨਮਤੀ ਕਹਿ ਕੇ ਐਡਰੈਸ ਕਰ ਰਹੇ ਫਿਰ ਇਹ ਕਹਿ ਰਿਹਾ ਕਿ ਵੀ ਉਸ ਉਹਨਾਂ ਦਾ ਗੁਰੂ ਨਾਨਕ ਹਿਸ ਐਮਫਸਿਸ ਔਨ ਸਰਵਿੰਗ ਆਦਰਸ ਐਂਡ ਫਰਦਰਿੰਗ ਬ੍ਰਦਰਹੂਡ ਗਿਵਸ ਸਟ੍ਰੈਂਥ ਟੂ ਮਿਲੀਅਨਸ ਅਰਾਊਂਡ ਦਾ ਵਰਲਡ ਉਹਨ ਗੁਰੂ ਨਾਨਕ ਸਾਹਿਬ ਨੇ ਤਾਂ ਭਰਾਤਰੀ ਭਾਵ ਦਿੱਤਾ ਹਰ ਇਨਸਾਨ ਨੂੰ ਗੜ ਨਾਲ ਤੁਸੀਂ ਜਿਹੜੇ ਰਾਜ ਕਰ ਰਹੇ ਹੋ ਜਿਸ ਆਈਡੀਓਲੋਜੀ ਨੂੰ ਤੁਸੀਂ ਪਰਨਾਏ ਹੋ ਤੁਸੀਂ ਤਾਂ ਵਰਣ ਆਸ਼ਰਮ 'ਚ ਯਕੀਨ ਕਰਦੇ ਹੋ ਬ੍ਰਾਹਮਣ ਖਸ਼ਤਰੀ ਵੈਸ਼ ਸ਼ੂਦਰ ਤੁਸੀਂ ਤਾਂ ਘੱਟ ਗਿਣਤੀਆਂ ਨੂੰ ਇਨਸਾਨ ਨਹੀਂ ਸਮਝਦੇ ਉਹਨਾਂ ਨੂੰ ਜੇ ਗੁਜਰਾਤ ਦੇ ਵਿੱਚ ਹਜ਼ਾਰਾਂ ਮੁਸਲਮਾਨ ਇਸ ਮੋਦੀ ਨੇ ਮਾਰੇ ਤੇ ਜਦੋਂ ਇੱਕ ਫੋਰਨ ਕੋਰਸਪੋਂਡੈਂਟ ਨੇ ਜਦੋਂ ਪ੍ਰਾਈਮ ਮਿਨਿਸਟਰ ਲਈ ਰਨ ਕਰ ਰਿਹਾ ਸੀ ਇਹਨੂੰ ਐਜ਼ ਅ ਲੀਡਰ ਪ੍ਰੋਜੈਕਟ ਕੀਤਾ ਗਿਆ ਸੀ ਬੀਜੇਪੀ ਵੱਲੋਂ ਤੇ ਇਹਨੂੰ ਪੁੱਛਿਆ ਗਿਆ ਸੀ ਕਿ ਵੀ ਚੱਲ ਤੇਰਾ ਤੈਨੂੰ ਤਾਂ ਸੁਪਰੀਮ ਕੋਰਟ ਨੇ ਬਰੀ ਕਰ ਦਿੱਤਾ ਹੈ ਪਰ ਤੈਨੂੰ ਦੁੱਖ ਤਾਂ ਹੋਇਆ ਹੋਣਾ ਹੈ ਹੂੰ ਵੀ ਤੇਰੇ ਗੁਜਰਾਤ ਸੂਬੇ ਦੇ ਇੰਨੇ ਲੋਕ ਹਜ਼ਾਰਾਂ ਮਾਰੇ ਗਏ ਉਹਨੇ ਕਿਹਾ ਹਾਂ ਜਦ ਕੋਈ ਕੁੱਤੇ ਦਾ ਪਿੱਲਾ ਗਾੜੀ ਕੇ ਟਾਇਰ ਕੇ ਨੀਚੇ ਆ ਜਾਏ ਦੁੱਖ ਤਾਂ ਹੁੰਦਾ ਹੀ ਹੈ ਤੇ ਗੱਲ ਹੈ ਗੁਰੂ ਨਾਨਕ ਸਾਹਿਬ ਦੀ ਕਰ ਰਹੇ ਨੇ ਜਿਹੜੇ 3 ਮਾਰ ਪਈ ਕੁਰਲਾਣੇ ਤੈਂ ਕੀ ਦਰਦਨਾ ਸੋ ਇਸ ਕਿਸਮ ਦਾ ਹੀ ਉਹਨੇ ਹੋਰ ਜਿਹੜਾ ਕੀਤਾ ਹੁਣ ਉਹ ਦੂਜਾ ਜਿਹੜਾ ਸੁਨਕ ਸੁਨਕ ਹੈ ਉਸ ਦਾ ਤੁਸੀਂ ਦੇਖੋ ਜਿਨੇ ਬਿਲਕੁਲ ਆ ਇੱਕ ਸਾਲ ਸ਼ਾਇਦ ਉਹਨੂੰ ਹੋ ਜਾਣਾ ਹੈ ਉਹਨੇ ਜਿਸ ਕਿਸਮ ਦੀਆਂ ਐਂਟੀ ਸਿੱਖ ਨੀਤੀਆਂ ਲਈਆਂ ਨੇ ਉਸ ਨੂੰ ਇਹ ਬਲੀਵ ਨਹੀਂ ਹੁੰਦਾ ਕਿ ਬਈ ਯੂਕੇ ਵਰਗੇ ਮੁਲਕ ਦੇ ਵਿੱਚ ਇਸ ਕਿਸਮ ਦਾ ਜਿਹੜਾ ਹਿੰਦੂ ਤੋਂ ਵੀ ਕਿਸ ਲੈਵਲ ਤੱਕ ਜਿਹੜਾ ਉਹ ਪੈਸੇ ਦੇ ਜ਼ੋਰ ਨਾਲ ਜਾਂ ਕੀ ਕਿਨੂ ਕਿਨੂ ਕਰਾਪਟ ਕੀਤਾ ਪੰਚਾਇਤ ਉਹ ਕਹਿ ਰਿਹਾ ਇਟ ਗਿਵਸ ਮੀ ਗ੍ਰੇਟ ਪਲੇਜ਼ਰ ਟੂ ਵਿਸ਼ ਸਿਕਸ ਅਕਰੋਸ ਦਾ ਯੂਕੇ ਇਨ ਇੰਡੀਆ ਐਂਡ ਅਕਰੋਸ ਦਾ ਵਰਲਡ ਹੈਪੀ ਗੁਰਪੁਰਬ ਟੂਡੇ ਵੀ ਸੈਲੀਬ੍ਰੇਟ ਦਾ 554th ਐਨੀਵਰਸਰੀ ਆਫ ਦਾ ਬਰਥ ਆਫ ਗੁਰੂ ਨਾਨਕ ਦੇਵ ਜੀ ਦਾ ਫਾਊਂਡਰ ਆਫ ਸਿੱਖ ਰਿਲੀਜੀਅਨ ਐਜ਼ ਸੰਬਡੀ ਆਫ ਪੰਜਾਬੀ ਇੰਡੀਅਨ ਹੈਰੀਟੇਜ ਥਿਸ ਡੇਜ਼ ਇਸ ਸਪੈਸ਼ਲੀ ਡੀਅਰ ਟੂ ਮੀ ਔਰ ਇਹ ਦਾ ਥਿਸ ਜੋਇਸ ਓਕੇਜਨ ਇਜ਼ ਐਨ ਓਪਰਚੁਨਿਟੀ ਟੂ ਵਾਂਸ ਅਗੇਨ ਰੈਕਗਨਾਈਜ਼ ਦਾ ਇਮੈਂਸ ਕੰਟਰੀਬਿਊਸ਼ਨ ਆਫ ਸਿੱਖ ਕਮਿਊਨਿਟੀ ਟੂ ਆਵਰ ਕੰਟਰੀ ਯੂ ਆਰ ਅ ਸੋਰਸ ਆਫ ਪ੍ਰਾਈਡ ਐਂਡ ਇਨਸਪੀਰੇਸ਼ਨ ਟੂ ਅਸ ਆਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੁਲਾ ਰਹੇ ਔਰ ਇਹ ਕਹਿ ਰਿਹਾ ਵੀ ਮੈਂ ਵੀ ਪੰਜਾਬੀ ਹਾਂ ਉਹ ਮੇਰਾ ਦਾਦਾ ਜਿਹੜਾ ਗੁਜਰਾਂਵਾਲੇ ਤੋਂ ਸੀ ਫਿਰ ਮੈਂ ਲੁਧਿਆਣੇ ਮੇਰਾ ਪਿਓ ਆਇਆ ਫਿਰ ਪਤਨੀ ਤਾਂ ਕਿਨੀ ਆ ਗਿਆ ਤੰਜ਼ਾਨੀਆ ਕਿੱਥੇ ਆ ਗਿਆ ਪਰ ਹੁਣ ਉਹਦੇ ਚ ਕਹਿ ਰਿਹਾ ਕਿ ਜੀ ਤੁਸੀਂ ਸਿੱਖ ਕਮਿਊਨਿਟੀ ਨੇ ਫਖਰ ਹੈ ਤੁਹਾਡੇ ਤੇ ਤੁਸੀਂ ਜਿਹੜਾ ਉਹ ਇਸ ਮੁਲਕ ਦੀ ਜਿਹੜੀ ਹੈ ਪ੍ਰੋਗਰੈਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਤੁਸੀਂ ਸਾਡਾ ਫਖਰ ਹੋ ਸਾਡੀ ਮੋਟੀਵੇਸ਼ਨ ਹੋ ਔਰ ਇਫਤ ਹੁਣ ਇਸ ਤੋਂ ਵੱਡੇ ਦੰਬੀ ਕੌਣ ਹੋ ਸਕਦੇ ਬਿਲਕੁਲ ਤੁਹਾਡੀਆਂ ਸ਼ਖਲਾਂ ਤੇ ਜਿਹੜਾ ਲਖ ਲਾਨਤ ਲਿਖਿਆ ਹੋਇਆ ਹੈ ਨਹੀਂ ਤੁਸੀਂ ਸਿੱਖਾਂ ਨੂੰ ਜਿਹੜਾ ਉਹ ਨੀਸ ਤੋਂ ਨਾਬੂਦ ਕਰਨ ਦੀਆਂ ਨੀਤੀਆਂ ਜਿਹੜੀਆਂ ਨੇ ਉਹ ਪਹਿਲਾਂ ਇਹਨੇ ਜਿਹੜਾ ਉਹ ਹੁਣ ਉਹ ਕੱਢੀ ਹੈ ਹੋਮ ਸੈਕਟਰੀ ਕੀ ਬਾਵਰ ਹੈਡ ਕੀ ਕੀ ਉਸ ਤੋਂ ਪਹਿਲਾਂ ਬਾਲਿਸ ਜான்ਸਨ ਦੀ ਪ੍ਰੀਤੀ ਪਟੇਲ ਸਾਹਿਬ ਆਰਐਸਐਸ ਸ਼ੋ ਗਰਲਸ ਔਰ ਇਹ ਸਿੱਖਾਂ ਨੂੰ ਹੈਪੀ ਗੁਰਪੁਰਬ ਕਹਿ ਰਹੇ ਨੇ ਸੋ ਹਾਲਾਂ ਮੈਂ ਖਾਲੀ ਇਹ ਦੇਖ ਲਿਆ ਇਸ ਇਹਨਾਂ ਦੇ ਮੈਸੇਜ ਪਰ ਮੈਂ ਕਿਹਾ ਵੀ ਇਹਨਾਂ ਨੂੰ ਕੁੱਟਣ ਦੇ ਲਈ ਇੱਕ ਅੱਡ ਸੈਗਮੈਂਟ ਹੀ ਕਰਨਾ ਪੈਗਾ ਇਹਨਾਂ ਪਖੰਡੀਆਂ ਨੂੰ ਜੀ ਦਾ ਸਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਸੱਥਲੇ ਨੇ ਬ੍ਰੇਕ ਪੀਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ